ਹੈਲੋ एवरीवन ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ ਸ਼ਿਸ਼ੋਲ ਜੀ ਦੀ ਵੀਡੀਓ ਸੀਰੀਜ਼ ਲੈ ਕੇ ਮੈਂ ਹਾਜ਼ਰ ਹਾਂ ਸੋ ਇਹ ਵੀਡੀਓ ਸੀਰੀਜ਼ ਪੰਜਾਬੀ ਵਿੱਚ ਹੋਊਗੀ ਇੰਗਲਿਸ਼ ਵਿੱਚ ਆਲਰੇਡੀ ਯੂਨਿਟ 1 ਮੈਂ ਕਵਰ ਕਰਵਾ ਚੁੱਕੀ ਹਾਂ ਪਲੇਲਿਸਟ ਵਿੱਚ ਜਾ ਕੇ ਚੈੱਕ ਆਊਟ ਜ਼ਰੂਰ ਕਰਿਓ ਅਤੇ ਇਹ ਵੀਡੀਓ ਨੂੰ ਐਂਡ ਤੱਕ ਬਿਨਾਂ ਸਕਿਪ ਕਰੇ ਦੇਖਿਓ ਤਾਂ ਕਿ ਕੋਈ ਵੀ ਨਿੱਕੀ ਮੋਟੀ ਚੀਜ਼ ਤੁਹਾਡੇ ਤੋਂ ਛੁੱਟ ਨਾ ਜਾਵੇ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਿਕੋਜ਼ ਕਾਫੀ ਸਾਰੇ ਸਟੂਡੈਂਟ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਸਟਾਰਟ ਕਰਦੇ ਆ ਅੱਜ ਦਾ ਵੀਡੀਓ ਸੋਸ਼ਲ ਨੋਰਮਸ ਐਂਡ ਸੋਸ਼ਲ ਵੈਲਿਊਸ ਸਮਾਜਿਕ ਕਦਰਾਂ ਅਤੇ ਸਮਾਜਿਕ ਕੀਮਤਾ ਸਮਾਜਿਕ ਕਦਰਾਂ ਨੂੰ ਪਰਿਮਾਪਕ ਵੀ ਕਿਹਾ ਜਾਂਦਾ ਸੋ ਕਨਫਿਊਜ਼ ਨਹੀਂ ਹੋਣਾ ਸਮਾਜਿਕ ਕਦਰਾਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਸਮਾਜਿਕ ਕਦਰਾਂ ਸਮਾਜਿਕ ਸਰਚਨਾ ਦਾ ਇੱਕ ਅਹਿਮ ਹਿੱਸਾ ਨੇ ਬਹੁਤ ਹੀ ਜ਼ਿਆਦਾ ਜ਼ਰੂਰੀ ਅੰਗ ਨੇ ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ ਆਈਸੋਲੇਸ਼ਨ ਫਾਰਮ ਚ ਨਹੀਂ ਰਹਿ ਸਕਦਾ ਖੁਦ ਨੂੰ ਸਮਾਜ ਦੇ ਸੰਗਠਨਾ ਸੰਸਥਾਵਾਂ ਸਮੂਹਾਂ ਅਨੁਸਾਰ ਢਾਲਦਾ ਕਿਉਂਕਿ ਗਰੁੱਪ ਐਕਸਪੈਕਟ ਕਰਦਾ ਹੈ ਕਿ ਉਹ ਕੁਝ ਨੋਰਮਸ ਦੀ ਪਾਲਣਾ ਕਰੇ ਲਾਈਕ ਪੈਟਚ ਕਰਨਾ ਵੱਡਿਆਂ ਵੱਡਿਆਂ ਦੇ ਠੀਕ ਹੈ ਹੈਂਡਸ਼ੇਕ ਕਰਨਾ ਹੱਥ ਮਿਲਾਉਣਾ ਨਾਲ ਦੀਆਂ ਦੇ ਹਨਾ ਸੋ ਆਪਾਂ ਜਦੋਂ ਵੀ ਦੇਖਦੇ ਹਾਂ ਕਿ ਆਪਾਂ ਆਪਣੇ ਫਰੈਂਡਸ ਗਰੁੱਪਸ ਦੇ ਵਿੱਚ ਮਿਲਦੇ ਹਾਂ ਤਾਂ ਆਪਾਂ ਹੈਂਡਸ਼ੇਕ ਕਰਨੀ ਕੋਈ ਵੱਡਾ ਮਿਲੇ ਪੈਰੀ ਹੱਥ ਲਗਾਣੇ ਨਮਸਤੇ ਕਰਦੇ ਤਾਂ ਦੈਟ ਇਜ਼ ਨੋਰਮਸ ਤੇ ਇਹ ਨੋਰਮਸ ਨੇ ਇੱਕ ਵਿਅਕਤੀ ਦਾ ਵਿਵਹਾਰ ਕਿਉਂਕਿ ਦੂਜੇ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਸਮਾਜ ਵਿੱਚ ਅੰਤਰਕਿਰਿਆਵਾਂ ਅੰਤਰਸੰਬੰਧ ਹੁੰਦੇ ਨੇ ਇੱਕ ਦੂਜੇ ਨਾਲ ਮਿਲਦੇ ਆ ਤਾਂ ਉਹ ਆਪਾਂ ਅੰਤਰਕਿਰਿਆ ਹੈ ਕੋਈ ਨਾ ਕੋਈ ਚੀਜ਼ ਸ਼ੇਅਰ ਕਰਦੇ ਆ ਬੋਲਦੇ ਆ ਚੱਲਦੇ ਆ ਉਹ ਅੰਤਰਕਿਰਿਆ ਹੈ ਸਮਾਜ ਵਿੱਚ ਇਹ ਅੰਤਰਕਿਰਿਆਵਾਂ ਕਦਰਾਂ ਕੀਮਤਾਂ ਦੇ ਕਰਕੇ ਹੀ ਹੁੰਦੀਆਂ ਨੇ ਸੋ ਸਮਾਜ ਵਿੱਚ ਕਦਰਾਂ ਕੀਮਤਾਂ ਦਾ ਬਹੁਤ ਯੋਗਦਾਨ ਹੈ ਸੋ ਕਦਰਾਂ ਜਿਹੜੀਆਂ ਨੇ ਆਪਾਂ ਨੂੰ ਗਰੁੱਪ ਐਕਸਪੈਕਟਿਡ ਬਿਹੇਵੀਅਰ ਹੈ ਸੋਸਾਇਟੀ ਸਾਡੇ ਤੋਂ ਇਹ ਚੀਜ਼ ਐਕਸਪੈਕਟ ਕਰਦੀ ਹੈ ਕਿ ਅਸੀਂ ਕੁਝ ਨੋਰਮਸ ਦਾ ਜਿਹੜਾ ਹੈਗਾ ਪਾਲਣਾ ਕਰੀਏ ਜਿਵੇਂ ਕਿ ਪੈਰੀ ਹੱਥ ਲਗਾਣਾ ਹਨਾ ਹੱਥ ਮਿਲਾਉਣਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਸਮਾਜ ਵਿੱਚ ਸਥਿਰਤਾ ਲੈ ਕੇ ਆਉਂਦੀਆਂ ਨੇ ਸੋ ਅਰਥ ਦੀ ਗੱਲ ਕਰਦੇ ਆਂ ਤਾਂ ਸਮਾਜਿਕ ਕਦਰਾਂ ਸਮਾਜ ਤੋਂ ਮਨੁੱਖ ਨੂੰ ਮਿਲਣ ਵਾਲੀਆਂ ਸੇਧਾਂ ਨੇ ਜਿਨ੍ਹਾਂ ਨੂੰ ਆਪਾਂ ਗਾਈਡਲਾਈਨਸ ਇਨਸਟਰਕਸ਼ਨਸ ਵੀ ਕਹਿੰਦੇ ਆਂ ਇਹ ਵਿਅਕਤੀ ਦੇ ਵਿਹਾਰ ਤੇ ਪ੍ਰਭਾਵ ਪਾਉਂਦੀਆਂ ਨੇ ਉਸਨੇ ਕੀ ਕਰਨਾ ਹੈ ਕਿਹੜੀ ਚੀਜ਼ ਉਸ ਨੂੰ ਮਨਾਹੀ ਹੈ ਤੇ ਕਿੱਦਾਂ ਉਸਨੇ ਕਰਨਾ ਹੈ ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਕਦਰਾਂ ਦੀ ਪਾਲਣਾ ਕਰੇ ਨੋਰਮਸ ਦੀ ਪਾਲਣਾ ਕਰੇ ਜੋ ਮਨੁੱਖ ਇਹਨਾਂ ਦੀ ਪਾਲਣਾ ਨਹੀਂ ਕਰਦਾ ਉਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੋ ਅਸੀਂ ਕਿਉਂਕਿ ਮੈਜੋਰਟੀ ਆ ਦਾ ਪੀਪਲ ਨੋਰਮਸ ਨੂੰ ਫੋਲੋ ਕਰਦੇ ਹਾਂ ਠੀਕ ਹੈ ਇਹ ਕਦਰਾਂ ਹਰ ਸਮਾਜ ਵਿੱਚ ਵੱਖ-ਵੱਖ ਹੁੰਦੀਆਂ ਨੇ ਤੋ ਆਪਣੀ ਇੰਡੀਅਨ ਸੋਸਾਇਟੀ ਦੇ ਵਿੱਚ ਅਲੱਗ ਨੋਰਮਸ ਆ ਬਾਕੀ ਸਾਰੀਆਂ ਸੋਸਾਇਟੀ ਵਿੱਚ ਅਲੱਗ-ਅਲੱਗ ਜਿਹੜੀਆਂ ਨੋਰਮਸ ਪਾਈਆਂ ਜਾਂਦੀਆਂ ਐ ਇਹ ਇੱਕ ਬਲੂਪ੍ਰਿੰਟ ਸਾਨੂੰ ਕੱਚਾ ਚਿੱਠਾ ਆਪਾਂ ਕਹਿੰਦੇ ਨੇ ਕਿ ਇਹ ਚੀਜ਼ ਦਿੱਤਾ ਹੁੰਦਾ ਕਿ ਤੁਸੀਂ ਇਹ ਕਰਨਾ ਐ ਇਹ ਨਹੀਂ ਕਰਨਾ ਫਾਈਨ ਉਸ ਤੋਂ ਬਾਅਦ ਆਪਾਂ ਪਰਿਭਾਸ਼ਾਵਾਂ ਕਰਾਂਗੇ ਜੇ ਗੱਲ ਕਰੀਏ ਤਾਂ ਨੋਰਮਸ ਆਰ ਗਰੁੱਪ ਐਕਸਪੈਕਟਿਡ ਬਿਹੇਵੀਅਰ ਨੋਰਮਸ ਕੀ ਨੇ ਸਾਡੇ ਗਰੁੱਪ ਐਕਸਪੈਕਟਿਡ ਬਿਹੇਵੀਅਰ ਨੇ ਜਿਹੜੇ ਸਾਡਾ ਸਮੂਹ ਸਾਡੇ ਤੋਂ ਚਾਹੁੰਦਾ ਕਿਉਂਕਿ ਅਸੀਂ ਸਮਾਜ ਵਿੱਚ ਰਹਿਣਾ ਤਾਂ ਪਾਲਣਾ ਕਰਨੀ ਪੈਂਦੀ ਹੈ ਪਰਿਭਾਸ਼ਾਵਾਂ ਦੀ ਗੱਲ ਕਰੀਏ ਕਿ ਇੰਬਾਲ ਕਹ ਰਹੇ ਨੇ ਕਿ ਇੰਬਾਲ ਯੰਗ ਅਨੁਸਾਰ ਸਮਾਜਿਕ ਕਦਰਾਂ ਸਮੂਹ ਦੀਆਂ ਉਮੀਦਾਂ ਨੇ ਠੀਕ ਹੈ ਸੋ ਸਮਾਜਿਕ ਕਦਰਾਂ ਕੀ ਨੇ ਸਮੂਹ ਦੀਆਂ ਉਮੀਦਾਂ ਜੋ ਸਮੂਹ ਸਾਡੇ ਤੋਂ ਚਾਹੁੰਦਾ ਜੋਂਸਨ ਅਨੁਸਾਰ ਸਮਾਜਿਕ ਕਦਰਾਂ ਦੀ ਧਾਰਨਾ ਨੂੰ ਸਾਫੇ ਇੱਕ ਰੂਪ ਵਿੱਚ ਮਤਲਬ ਪੋਜ਼ਿਟਿਵਲੀ ਜਿਹੜਾ ਹੈਗਾ ਵਿੱਚ ਉਮੀਦ ਕਿਤੇ ਵਤੀਰੇ ਲਈ ਜਾਣਦੇ ਕਿ ਸੋ ਸੋਸ਼ਲ ਨੋਰਮ ਸਾਨੂੰ ਜਾਂਦਾ ਹੈ ਕਿ ਅਸੀਂ ਕੀ ਕਰੀਏ ਪੋਜ਼ਿਟਿਵ ਵਿਵਹਾਰ ਕਰੀਏ ਬਤੀਰਾ ਕਰੀਏ ਸੋ ਉਪਰੋਕਤ ਪਛਾਣਾਂ ਤੋਂ ਸਪਸ਼ਟ ਹੈ ਕਿ ਸਮਾਜਿਕ ਕਦਰਾਂ-ਕੀਮਤਾਂ ਦੀਆਂ ਉਮੀਦਾਂ ਨੇ ਜੋ ਵਿਅਕਤੀ ਤੋਂ ਐਕਸਪੈਕਟ ਕੀਤੀਆਂ ਜਾਂਦੀਆਂ ਨੇ ਸੋ ਫਿਰ ਆndੀਆਂ ਸਮਾਜਿਕ ਕਦਰਾਂ ਦੀਆਂ ਵਿਸ਼ੇਸ਼ਤਾਵਾਂ ਕਿਹੜੀ-ਕਿਹੜੀ ਚੀਜ਼ ਜਿਹੜੀ ਹੈਗੀ ਹੈ ਇਹਦੇ ਵਿੱਚ ਆਉਂਦੀ ਆ ਹੁਣ ਇਹਨਾਂ ਵਿੱਚ ਕੀ ਪਾਈ ਜਾਂਦੀ ਹੈ ਯੂਨੀਵਰਸੈਲਿਟੀ ਸਰਵ ਵਿਆਪਕ ਹੁੰਦੇ ਨੇ ਸਾਰੇ ਸਮਾਜਾਂ ਵਿੱਚ ਨੋਰਮਸ ਪਾਈਆਂ ਜਾਂਦੀਆਂ ਨੇ ਇਲਕਟਿਵ ਵੀ ਹੋ ਸਕਦੀਆਂ ਨੇ ਮੌਖਿਕ ਵੀ ਹੋ ਸਕਦੀਆਂ ਹੁੰਦੇ ਇਹ ਗੱਲ ਕਰੀਏ ਤਾਂ ਫੈਮਿਲੀ ਵਿੱਚ ਜਿਹੜੀਆਂ ਨੋਰਮ ਸਾਨੂੰ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ ਥੈਟ ਇਜ਼ ਔਰਲ ਉਹ ਔਰਲ ਹੁੰਦੀਆਂ ਨੇ ਜ਼ੁਬਾਨੀ ਹੁੰਦੀਆਂ ਨੇ ਮੌਖਿਕ ਹੁੰਦੀਆਂ ਨੇ ਲੇਕਿਨ ਅਗਰ ਆਪਾਂ ਗੱਲ ਕਰੀਏ ਕਿ ਅਗਰ ਆਪਾਂ ਕਿਸੇ ਸਮੂਹ ਦੇ ਮੈਂਬਰ ਬਣਦੇ ਨੇ ਤਾਂ ਜਿਹੜੇ ਨੋਰਮਸ ਹੁੰਦੇ ਸਾਨੂੰ ਲਿਖਤੀ ਰੂਪ ਦੇ ਵਿੱਚ ਬਣਾ ਕੇ ਦਿੱਤੇ ਜਾਂਦੇ ਸਕੂਲ ਜੁਆਇਨ ਕਰਦੇ ਸਾਨੂੰ ਲਿਖਤੀ ਰੂਪ ਚ ਇਹ ਕਿ ਇਹ ਕਰਨਾ ਹੈ ਇਹ ਨਹੀਂ ਕਰਨਾ ਹੈ ਨਾ ਸਮਾਜਿਕ ਕਦਰਾਂ ਜਿਹੜੀਆਂ ਨੇ ਹੌਲੀ ਹੌਲੀ ਚਲਦੀਆਂ ਨੇ ਲਗਾਤਾਰ ਕੰਟੀਨਿਊਸਲੀ ਚਲਦੀਆਂ ਨੇ ਸਮਾਜਿਕ ਕਿਰਿਆਵਾਂ ਰਹੀ ਉਪਜਦੀਆਂ ਨੇ ਜਿੰਨਾ ਐਕਟੀਵਿਟੀਆਂ ਕਰਾਂਗੇ ਸੋਸ਼ਲ ਇੰਟਰੈਕਸ਼ਨ ਕਰਾਂਗੇ ਸਮਾਜਿਕ ਅੰਤਰ ਕਿਰਿਆ ਕਰਾਂਗੇ ਤਾਂ ਇਹ ਜਿਹੜੀਆਂ ਨੇ ਜ਼ਿਆਦਾ ਉਪਜਦੀਆਂ ਨੇ ਹੈਨਾ ਸੋ ਅਗਰ ਆਪਾਂ ਬੋਲਾਂਗੇ ਚਾਹਾਂਗੇ ਨਹੀਂ ਤਾਂ ਨਾਰਮਸ ਕਿੰਨੇ ਉਹੋ ਕਰਾਂਗੇ ਹੈਨਾ ਸੋ ਨਾਰਮਸ ਕਿਨੇ ਜਦ ਨਹੀਂ ਅਸੀਂ ਅੰਤਰ ਕਿਰਿਆ ਕਰੀ ਉਹਨੇ ਉਹ ਨਹੀਂ ਜ਼ਿਆਦਾ ਉਪਜਦੀਆਂ ਨੇ ਸਮਾਜਿਕ ਕਦਰਾਂ ਨੇ ਹਮੇਸ਼ਾ ਪਾਲਣਾ ਨਹੀਂ ਕੀਤੇ ਜਾਂਦੇ ਕਦੇ-ਕਦੇ ਉਲੰਘਣਾ ਵੀ ਕਰ ਦਿੱਤੀ ਜਾਂਦੀ ਹੈ ਹੈਨਾ ਦੇਖਿਆ ਨਾ ਕਈ ਵਾਰ ਬੱਚਾ ਪੈਰ ਟੱਚ ਕਰਦਾ ਹੈ ਕਈ ਵਾਰ ਨਹੀਂ ਕਰਦਾ ਹੈਨਾ ਕਈ ਵਾਰ ਆਪਾਂ ਰੂਸੇ ਉਹਨੇ ਆਪਣੇ ਫਰੈਂਡਸ ਨੂੰ ਨਹੀਂ ਬੁਲਾਉਂਦੇ ਤਾਂ ਆਪਾਂ ਉਲੰਘਣਾ ਉਸ ਚੀਜ਼ ਦੀ ਵੀ ਕਰ ਸਕਦੇ ਹੈਂਡਸ਼ੇਕ ਨਹੀਂ ਕਰਦੇ ਸੋ ਐਦਾਂ ਕੀ ਹੈਗਾ ਕਦੇ-ਕਦੇ ਪਾਲਣਾ ਕੀਤੀ ਜਾਂਦੀ ਹੈ ਕਦੇ-ਕਦੇ ਨਹੀਂ ਕੀਤੀ ਜਾਂਦੀ ਮੋਸਟ ਆਫ ਦਾ ਟਾਈਮ ਇਹ ਮੈਜੋਰਟੀ ਆਫ ਦਾ ਪੀਪਲ ਫੋਲੋ ਕਰਦੇ ਨੇ ਸਮੂਹ ਵਿਅਕਤੀਆਂ ਨੂੰ ਆਪਣਾ ਵਿਵਹਾਰ ਬਦਲਣ ਲਈ ਦਬਾਅ ਪਾਉਂਦੇ ਹਨ ਹੁਣ ਸਮਾਜਿਕ ਕਦਰਾਂ ਦੇ ਰਾਹੀਂ ਕੀ ਕੀ ਕਰਦੇ ਨੇ ਜਿਹੜੇ ਸਮੂਹ ਹੁੰਦੇ ਨੇ ਵਿਅਕਤੀ ਨੂੰ ਆਪਣਾ ਵਿਵਹਾਰ ਬਦਲਣ ਲਈ ਪ੍ਰੈਸ਼ਰ ਕਰਦੇ ਨੇ ਕਿ ਤੂੰ ਇਹ ਕਰਨਾ ਹੀ ਕਰਨਾ ਹੈਗਾ ਨਹੀਂ ਤਾਂ ਚੰਗਾ ਨਹੀਂ ਸਮਝਿਆ ਜਾਏਗਾ ਸਮਾਜਿਕ ਤਰ੍ਹਾਂ ਸਮਾਜ ਨੂੰ ਚਲਾਉਣ 'ਚ ਮਦਦ ਕਰਦੀਆਂ ਨੇ ਹਨਾ ਕੈਫੀਸ਼ੈਂਟਲੀ ਬੜੇ ਪਿਆਰ ਦੇ ਨਾਲ ਸਮਾਜ ਚੱਲੇ ਹਨਾ ਅੱਜ ਸਾਰੇ ਅੱਛੀ ਤਰ੍ਹਾਂ ਬਿਹੇਵ ਕਰਨ ਹਰੇਕ ਵਿਅਕਤੀ ਨੂੰ ਕਦਰਾਂ ਅਨੁਸਾਰ ਟਾਲਣ ਦੀ ਆਸ ਕੀਤੀ ਜਾਂਦੀ ਹੈ ਅਤੇ ਉਸੇ ਤਰ੍ਹਾਂ ਦਾ ਵਿਵਹਾਰ ਕਰਨ ਦੀ ਆਸ ਵੀ ਕੀਤੀ ਜਾਂਦੀ ਹੈ ਤਾਂ ਕੌਣ ਕਰਦੇ ਆਸ ਸਮੂਹ ਕਰਦਾ ਹੈ ਗਰੁੱਪ ਕਰਦਾ ਹੈ ਸਮਾਜਿਕ ਅਧਿਐਨਾਂ ਵਿੱਚ ਸਮਾਜਿਕ ਪਰਵਰਤਨ ਬਦਲਾਅ ਤੋਂ ਬਦਲਾਅ ਹੁੰਦਾ ਹੈ ਤਾਂ ਦੇਖੋ ਸੋਸ਼ਲ ਚੇਂਜ ਆਇਆ ਤਾਂ ਪਹਿਲੇ ਵਾਲੀਆਂ ਨੋਰਮਸ ਜਿਹੜੀਆਂ ਨੇ ਹੁਣ ਫੋਲੋ ਨਹੀਂ ਕੀਤੇ ਜਾਂਦੀਆਂ ਹੈਨਾ ਹੁਣ ਤੁਸੀਂ ਦੇਖਿਆ ਸਾਰੇ ਨਮਸਤੇ ਕਰਨੇ ਪੈਟਚ ਬਹੁਤ ਕੱਟ ਕਰਦੇ ਤਾਂ ਐਦਾਂ ਸੋਸ਼ਲ ਚੇਂਜ ਆਣਾ ਸੋਸ਼ਲ ਨੋਰਮਸ ਜਿਹੜੀਆਂ ਨੇ ਉਹ ਬਦਲਦੀਆਂ ਰਹਿੰਦੀਆਂ ਨੇ ਇਹ ਨਿਯਮਾਂ ਵਾਂਗੂ ਹੁੰਦੀਆਂ ਨੇ ਪਰ ਇਹਨਾਂ 'ਚ ਹਾਰਡ 하드ਨੈਸ ਬਹੁਤ ਘੱਟ ਹੁੰਦੀ ਹੈ ਗਠੋਰਤਾ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਸੋ ਇਹ ਜਿਹੜੇ ਸੌਫਟਲੀ ਜਿਹੜਾ ਹੈਗਾ ਇਹ ਪਾਲਣਾ ਕਰਵਾਈ ਜਾਂਦੀ ਹੈ ਹਾਰਡਨੈਸ ਹਾਰਡਨੈਸ ਸਟ੍ਰਿਕਨੈਸ ਇਹਨਾਂ ਵਿੱਚ ਥੋੜੀ ਘੱਟ ਹੁੰਦੀ ਹੈ ਤਾਂ ਹੀ ਤਾਂ ਇਹਨਾਂ ਦੀ ਉਲੰਘਣਾ ਕਰ ਦਿੱਤੀ ਜਾਂਦੀ ਹੈ ਹਨ ਲੇਕਿਨ ਇਹ ਇੱਕ ਅਹਿਮ 파ਟ ਨੇ ਸੁਸਾਇਟੀ ਦਾ ਇਹ ਮਾਰਗਦਰਸ਼ਨ ਵਾਂਗੂ ਟਾਰਚ ਵਾਂਗੂ ਲਾਈਟ ਵਾਂਗੂ ਜਿਹੜਾ ਹੈ ਕੰਮ ਕਰਦੀਆਂ ਨੇ ਸੋ ਇਹ ਸੀਗਾ ਕਦਰਾਂ ਦੇ ਬਾਰੇ ਆਪਾਂ ਜਿਹੜੀ ਹੈਗੀ ਗੱਲ ਕੀਤੀ ਹੈ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਸਮਾਜਿਕ ਜਿਹੜੀਆਂ ਕਦਰਾਂ ਨੇ ਇਹ ਸੁਚਾਰੂ ਰੂਪ ਨਾਲ ਸਹੀ ਢੰਗ ਨਾਲ ਸੁਸਾਇਟੀ ਨੂੰ ਚਲਾਉਂਦੀਆਂ ਨੇ ਕੰਟਰੋਲ ਕਰਦੀਆਂ ਨੇ ਕਦਰਾਂ ਕੀ ਹੁੰਦੀਆਂ ਨੇ ਸਮਾਜਿਕ ਕਿਉਂਕਿ ਮਨੁੱਖ ਨੇ ਸਮਾਜ ਵਿੱਚ ਰਹਿਣਾ ਹੈ ਤਾਂ ਕਦਰਾਂ ਵੀ ਸਮਾਜਿਕ ਹੁੰਦੀਆਂ ਨੇ ਨਾ ਕਿ ਵਿਅਕਤੀਗਤ ਇਹ ਆਪਣੀ ਜਿਹੜੀ ਹੈਗੀ ਹੈ ਥਿੰਕਿੰਗ ਨਾਲ ਨਹੀਂ ਉਪਜਦੀਆਂ ਇਹ ਮжоਰਿਟੀ ਆਫ ਦਾ ਸੁਸਾਇਟੀ ਜਿਹੜੀ ਹੈਗੀ ਹੈ ਇਹ ਇਹਨਾਂ ਨੂੰ ਬਣਾਉਂਦੀ ਹੈ ਸੋ ਇਹ ਜੀਵਨ ਦੇ ਸਾਂਝੇ ਸਟੈਂਡਰਡ ਮਿਆਰ ਹੁੰਦੇ ਨੇ ਅਤੇ ਇਕੱਲਾ ਵਿਅਕਤੀ ਇਸ ਨੂੰ ਨਹੀਂ ਬਣਾ ਸਕਦਾ ਸਮਾਜਿਕ ਕਦਰਾਂ ਦਾ ਸਮਾਜ ਵਿੱਚ ਜਾਲ ਹੈਗਾ ਬਿਕੋਜ਼ ਬਹੁਤ ਸਾਰੀਆਂ ਨੋਰਮਸ ਨੇ ਇੱਕ ਦੀ ਨੋਰਮਸ ਨਹੀਂ ਹੈਗੀ ਅਤੇ ਜਿਵੇਂ ਸਮਾਜ ਚਾਹੁੰਦਾ ਇਸ ਮੂੰਹ ਚਾਹੁੰਦਾ ਉਹਦੇ ਅਕੋਰਡਿੰਗ ਜਿਹੜਾ ਹੈ ਇਸ ਨੂੰ ਟਾਲਿਆ ਜਾਂਦਾ ਨੋਰਮਸ ਨੂੰ ਸੋ ਥੋੜੀਆਂ ਥੋੜੀਆਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਬਹੁਤ ਸਨੇ ਐਡੀਸ਼ਨਲ ਵੀ ਚਲਦੀਆਂ ਨੇ ਸੋ ਉਸ ਤੋਂ ਬਾਅਦ ਚ ਸੋਸ਼ਲ ਵੈਲਿਊ ਸੋਸ਼ਲ ਵੈਲਿਊਜ਼ ਯਾਨੀ ਕਿ ਸਮਾਜਿਕ ਕੀਮਤਾਂ ਹੁਣ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਦੇਣੀ ਆ ਕਿ ਨੋਰਮਸ ਦਾ ਮਤਲਬ ਤਾਂ ਕੀ ਹੋ ਗਿਆ ਸਾਨੂੰ ਛੋਟੇ ਹੁੰਦੇ ਸਿਖਾਇਆ ਜਾਂਦਾ ਹੈਗਾ ਚਾਹੇ ਸਟੋਰੀਜ਼ ਥਰੂ ਸਿਖਾਇਆ ਜਾਂਦਾ ਹੈਗਾ ਤਾਂ ਜਿਵੇਂ ਮਰਜ਼ੀ ਸਿਖਾਇਆ ਜਾਂਦਾ ਸਾਨੂੰ ਕਹਿੰਦੇ ਨੇ ਕਿ ਇਮਾਨਦਾਰੀ ਦੇ ਨਾਲ ਪੇਪਰ ਕਰੋ ਚੀਟਿੰਗ ਨਹੀਂ ਕਰਨਾ ਹਨਾ ਛੋਟੇ ਹੁੰਦੇ ਤੋਂ ਸਿਖਾਇਆ ਜਾਂਦਾ ਹੈ ਤੇ ਵਿੱਚ ਉੱਪਰ ਹੋ ਮੂੰਹ ਤੇ ਉਂਗਲੀ ਜਦੋਂ ਮੈਮ ਕਹਿੰਗੇ ਰੱਖਾਂਗੇ ਲੇਕਿਨ ਵੱਡੇ ਹੁੰਨੇ ਆ ਤਾਂ ਸਾਡੇ ਅੰਦਰ ਇਹ ਚੀਜ਼ ਆ ਜਾਂਦੀ ਹੈ ਕਿ ਨਹੀਂ ਆਪਾਂ ਨੇ ਪੇਪਰ 'ਚ ਚੀਟਿੰਗ ਨਹੀਂ ਕਰਨੀ ਛੋਟੇ ਹੁੰਦੇ ਤਾਂ ਆਪਾਂ ਨੂੰ ਸਿਖਾਇਆ ਗਿਆ ਨੋਰਮਸ ਨੇ ਉਹ ਕਿ ਹਾਂ ਵੀ ਤੁਸੀਂ ਇਮਾਨਦਾਰ ਬਣਨਾ ਹੈ ਚੋਰੀ ਨਹੀਂ ਕਰਨੀ ਪਾਪ ਨਹੀਂ ਕਰਨਾ ਚੀਟਿੰਗ ਨਹੀਂ ਕਰਨੀ ਲੇਕਿਨ ਜਦੋਂ ਅਸੀਂ ਵੱਡੇ ਹੁੰਦੇ ਹੈਗੇ ਤਾਂ ਸਾਡੇ ਅੰਦਰ ਇਹ ਚੀਜ਼ ਆਪਣੇ ਆਪ ਹੀ ਜਿਹੜੀ ਹੁੰਦੀ ਹੈ ਟਲ ਜਾਂਦੀ ਹੈਗੀ ਹੈ ਬੈਠ ਜਾਂਦੀ ਹੈਗੀ ਹੈ ਤੇ ਸਾਡਾ ਆਪਣਾ ਮਨ ਹੈਗਾ ਕਿ ਅਸੀਂ ਉਹ ਚੀਜ਼ ਨੂੰ ਕਰਨਾ ਹੈ ਜਾਂ ਨਹੀਂ ਕਰਨਾ ਚੋਰੀ ਕਰਨੀ ਹੈ ਕਿ ਨਹੀਂ ਕਰਨੀ ਕੋਈ ਪਾਪ ਕਰਨਾ ਹੈ ਕਿ ਨਹੀਂ ਕਰਨਾ ਤਾਂ ਉਹ ਕੀ ਹੋ ਜਾਂਦੀ ਹੈ ਸੋਸ਼ਲ ਵੈਲਿਊਜ਼ ਨੋਰਮਸ ਦਾ ਮਤਲਬ ਸਮਾਜ ਸਾਨੂੰ ੱੱਕੇ ਤੇ ਦਬਾਅ ਪਾ ਕੇ ਪ੍ਰੈਸ਼ਰ ਕਰ ਕਰਕੇ ਉਹ ਚੀਜ਼ ਮਨਾਉਂਦਾ ਹੈ ਕਿ ਤੁਸੀਂ ਵੀ ਚੀਟਿੰਗ ਨਹੀਂ ਕਰਨੀ ਲੇਕਿਨ ਅਗਰ ਅਸੀਂ ਵੱਡੇ ਹੁੰਨੇ ਹੈ ਗਿਆਂ ਸਾਡੇ ਅੰਦਰ ਇਹ ਚੀਜ਼ ਪੈ ਢ ਜਾਂਦੀ ਹੈ ਹਨਾ ਤੇ ਵੀ ਵੱਡਿਆਂ ਦਾ ਆਦਰ ਕਰਨਾ ਹੈਗਾ ਠੀਕ ਹੈ ਸਾਡੇ ਅੰਦਰੋਂ ਹੈ ਕਿ ਅਸੀਂ ਕਰਨਾ ਹੈ ਕਿ ਨਹੀਂ ਕਰਨਾ ਲੇਕਿਨ ਅਸੀਂ ਕਰਦੇ ਹਾਂ ਉਹ ਚੀਜ਼ ਤਾਂ ਸੋਸ਼ਲ ਵੈਲਿਊਜ਼ ਜਿਹੜੀਆਂ ਨੇ ਕੀਮਤਾਂ ਨੇ ਕਦਰਾਂ ਵਾਂਗੂ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਅਤੇ ਸਮਾਜਿਕ ਹਿੱਤ ਦੇ ਲਈ ਇਹ ਪ੍ਰੇਰਣਾ ਦਾ ਕੰਮ ਕਰਦੀਆਂ ਨੇ ਸਮਾਜ ਦੀ ਹੋਂਦ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ ਪ੍ਰੇਰਕ ਨੇ ਸ਼ਕਤੀ ਵਰਦਕ ਨੇ ਅਤੇ ਸਕਾਰਾਤਮਕ ਜੀਵਨ ਦੇਣ ਲਈ ਪ੍ਰੇਰਨਾ ਦਿੰਦੀਆਂ ਨੇ ਦੇਖੋ ਜਿਹੜਾ ਬੰਦਾ ਵੈਲਿਊਜ਼ ਵਾਲਾ ਹੋਏਗਾ ਸੋਸ਼ਲ ਨੋਰਮਸ ਵਾਲਾ ਹੋਏਗਾ ਉਸ ਨੂੰ ਸਾਰੇ ਜਣੇ ਰਿਸਪੈਕਟ ਕਰਨਗੇ ਹੈਨਾ ਸੋ ਇਹ ਪੋਜ਼ਿਟਿਵ ਜਿਹੜੀਆਂ ਨੇ ਆਪਾਂ ਨੂੰ ਸੇਧਾਂ ਦਿੰਦੀਆਂ ਨੇ ਇੱਕ ਸੰਗਠਿਤ ਸਮਾਜ ਦੇ ਲਈ ਵੀ ਇਹ ਸਮਾਜਿਕ ਜੀਵਨ ਲਈ ਵੀ ਬਹੁਤ ਜ਼ਰੂਰੀ ਨੇ ਅਰਥ ਦੀ ਗੱਲ ਕਰੀਏ ਤਾਂ ਇਹ ਸਮਾਨ ਉਸਥਿਰਤਾ ਪ੍ਰਦਾਨ ਕਰਦੀਆਂ ਨੇ अमूर्त ਭਾਵਨਾਵਾਂ ਦੀਆਂ ਹੁੰਦੀਆਂ ਨੇ ਮਨਜ਼ੂਰੀ ਪ੍ਰਾਪਤ ਇੱਛਾ ਇਹਦੇ ਵਿੱਚ ਪਾਈ ਜਾਂਦੀ ਹੈਗੀ ਹੈ ਅਤੇ ਜਿਵੇਂ ਕਿ ਸਮਾਜ ਵਿੱਚ ਇਮਾਨਦਾਰੀ ਸੱਚਾਈ ਨੇਕੀ ਵਰਗੇ ਗੁਣਾਂ ਨੂੰ ਮਹੱਤਵ ਦਿੱਤਾ ਜਾਂਦਾ ਸੋ ਇਹ ਸਾਰਾ ਕੀ ਹੈਗਾ ਕੀਮਤਾਂ ਹੈਨਾ ਤਾਂ ਕੀਮਤਾ ਸਾਡੇ ਅੰਦਰ ਦੀ ਚੀਜ਼ ਹੈਗੀ ਹੈ ਕਿ ਅਸੀਂ ਵੱਡੇ ਹੋ ਕੇ ਚੀਜ਼ ਸਮਝਦੇ ਹਾਂ ਕਿ ਨੀਵੀਂ ਇਹ ਚੀਜ਼ ਨਹੀਂ ਕਰਨੀ ਗਲਤ ਹੈ ਤਾਂ ਸਾਡਾ ਜਿਹੜਾ ਹੈ ਚੇਤਨਤਾ ਉੱਥੇ ਜਿਹੜੀ ਹੈਗੀ ਇਹ ਕੰਮ ਕਰਦੀ ਹੈਗੀ ਆ ਪਰਿਭਾਸ਼ਾਵਾਂ ਦੀ ਗੱਲ ਕਰੀ ਤਾਂ ਫਿਚਰ ਕੈਨੇ ਸਮਾਜਿਕ ਕੀਮਤਾ ਉਹ ਕੁਸਵਟੀਆਂ ਨੇ ਜਿਨ੍ਹਾਂ ਰਹੀ ਮਨੁੱਖ ਜਿਹੜਾ ਹੈਗਾ ਸਮੂਹ ਸਮਾਜ ਵਿਅਕਤੀਆਂ ਪ੍ਰਤੀਮਾਨਾ ਉਦੇਸ਼ਾਂ ਅਤੇ ਹੋਰ ਸਮਾਜ ਸੱਭਿਆਚਾਰਕ ਅਵਸਥਾ ਦੇ ਮਹੱਤਵ ਨੂੰ ਅਸੀਂ ਸਮਝਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਜਿਹੜੇ ਉਦੇਸ਼ ਨੇ ਜਿਹੜੇ ਨੋਰਮਸ ਨੇ ਇਹਨਾਂ ਦੀ ਵੀ ਇੱਕ ਮਹੱਤਤਾ ਹੁੰਦੀ ਹੈ ਯੰਗ ਤੇ ਮੈਂ ਕਿਹਨ ਨੇ ਕੀਮ ਤਾਂ ਉਹ ਤਾਰਨਾਵਾਂ ਨੇ ਜੋ ਅਚੇਤਨ ਹੁੰਦੀਆਂ ਨੇ ਕੀ ਸਹੀ ਹੈ ਤੇ ਕੀ ਗਲਤ ਸਾਡੇ ਦਿਮਾਗ 'ਚ ਇਹ ਚੀਜ਼ ਬੈਠ ਜਾਂਦੀ ਹੈ ਕਿ ਇਹ ਚੀਜ਼ ਗਲਤ ਹੈ ਅਸੀਂ ਵਿਦਆਊਟ ਕੌਨਸ਼ੀਅਸਨੈਸ ਹੀ ਅਸੀਂ ਜਿਹੜਾ ਹੈ ਸਹੀ ਚੀਜ਼ ਕਰਦੇ ਹਾਂ ਵਿਸ਼ੇਸ਼ਤਾਵਾਂ ਕੀ ਨੇ ਸੁਭਾਅ ਪੱਖੋਂ ਸਮਾਜਿਕ ਹੁੰਦੀਆਂ ਨੇ ਬਿਕਾਉਜ਼ ਜਿਹੜੀਆਂ ਸਮਾਜ 'ਚ ਹੁੰਦੀਆਂ ਨੇ ਇਹ ਹਰੇਕ ਸਮਾਜ ਵਿੱਚ ਅਲੱਗ-ਅਲੱਗ ਹੁੰਦੀਆਂ ਨੇ ਤੇ ਹਰੇਕ ਮਨੁੱਖ ਵਿੱਚ ਵੀ ਅਲੱਗ-ਅਲੱਗ ਹੁੰਦੀਆਂ ਨੇ ਕੋਈ ਵੈਲਿਊਜ਼ ਕੋਈ ਸਮਝ ਹੈ ਕੋਈ ਵੈਲਿਊਜ਼ ਕੋਈ ਸਮਝ ਹੈ ਕੀਮਤਾਂ ਸਥਾਈ ਨੇ ਗਤੀਸ਼ੀਲ ਨੇ ਸਟੇਬਲ ਵੀ ਨੇ ਚਿਰ ਸਥਾਈ ਰਹਿੰਦੀਆਂ ਨੇ ਅਤੇ ਗਤੀਸ਼ੀਲ ਹਮੇਸ਼ਾ ਚਲਦੀਆਂ ਰਹਿੰਦੀਆਂ ਨੇ ਨੈਤਿਕ ਪੱਧਰ ਸਾਡੇ ਕਿਨੇ ਮੋਰਲ ਸਟੈਂਡਰਡਸ ਨੇ ਇਹ ਤੇ ਇਹ ਸੰਸਕ੍ਰਿਤੀ ਅਨੁਸਾਰ ਵੱਖ-ਵੱਖ ਹੁੰਦੀਆਂ ਜਿਵੇਂ ਦਾ ਸਾਡਾ ਕਲਚਰ ਸਾਡੇ ਵੈਲਿਊਜ਼ ਵੀ ਉਵੇਂ ਦੇ ਹੁੰਦੇ ਨੇ ਨਾਰਮਸ ਵੀ ਉਦਾਂ ਦੇ ਤੇ ਵੈਲਿਊਜ਼ ਵੀ ਉਦਾਂ ਦੇ ਆ ਇਹ ਪੋਜ਼ਿਟਿਵ ਹੁੰਦੀਆਂ ਨੇ ਪ੍ਰੇਰਨਾ ਦਾ ਇੱਕ ਮੋਟੀਵੇਟਰਸ ਵੀ ਹੁੰਦੀਆਂ ਨੇ ਕੀਮਤਾਂ ਇੱਛਕ ਹੁੰਦੀਆਂ ਨੇ ਵਲੰਟਰੀ ਹੁੰਦੀਆਂ ਨੇ ਅਸੀਂ ਜਾਈਏ ਕੀਮਤਾਂ ਨੂੰ ਫੋਲੋ ਕਰੀਏ ਚਾਹੇ ਨਾ ਕਰੀਏ ਨਾਰਮਸ ਵਾਂਗੂ ਨਹੀਂ ਹੈ ਕਿ ਸਾਨੂੰ ਸਾਡੇ ਤੇ ਪ੍ਰੈਸ਼ਰ ਪਾਏਗਾ ਵੈਲਿਊ ਸਾਡੇ ਅੰਦਰ ਦੀ ਉਪਜ ਨੇ ਕਿ ਅਸੀਂ ਇਹ ਕਰਨਾ ਹੈ ਸਹੀ ਕਰਨਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਠੀਕ ਹੈ ਸੋ ਇਹ ਸਾਡੇ ਅੰਦਰੂਨੀ ਇੱਛਾ ਦੀਆਂ ਹੁੰਦੀਆਂ ਨੇ ਲੇਕਿਨ ਨਾਰਮਸ ਕੀ ਹੁੰਦੀਆਂ ਨੇ ਸਮਾਜ ਸਮੂ ਆਪ ਹੁੰਦੇ ਸਾਡੇ ਤਾਂ ਐਕਸਪੈਕਟ ਕਰਦੇ ਕਿ ਇਹਦੇ ਵਾਂਗੂ ਬਿਹੇਵ ਕਰੋ ਸੋ ਇਹ ਸਾਨੂੰ ਕੀ ਦੰਦੀਆਂ ਨੇ ਉਦੇਸ਼ ਦੰਦੀਆਂ ਨੇ ਦਿਸ਼ਾ ਦੰਦੀਆਂ ਨੇ ਜੀਵਨ ਨੂੰ ਅਤੇ ਸੇਧ ਦੰਦੀਆਂ ਨੇ ਸਮਾਜ ਦੀ ਪਰਵਾਨਗੀ ਦੇ ਨਾਲ ਹੀ ਮਿਲਿਆ ਹੁੰਦੀਆਂ ਕਿਉਂਕਿ ਨਾਰਮਸ ਹੀ ਜਿਆਦਾ ਜਦੋਂ ਅਸੀਂ ਨਾਰਮਸ ਪਾਲਣਾ ਸ਼ੁਰੂ ਕਰਦੇ ਹਾਂ ਤਾਂ ਉਹ ਚੀਜ਼ ਸਾਡੇ ਅੰਦਰ ਬਹਿ ਜਾਂਦੀ ਹੈ ਹੈਨਾ ਤਾਂ ਉਹ ਅੱਗੇ ਜਾ ਕੇ ਕੀ ਬਣ ਜਾਂਦੀ ਹੈ ਵੈਲਿਊਜ਼ ਬਣ ਜਾਂਦੀਆਂ ਨੇ ਇਹ ਸਿਰਫ ਵਿਆਪਕ ਹੁੰਦੀਆਂ ਨੇ ਸਾਰੀ ਸੋਸਾਇਟੀ ਚ ਪਾਈ ਜਾਂਦੀਆਂ ਸਾਰੇ ਸਮਾਜ ਚ ਪਾਈਆਂ ਜਾਂਦੀਆਂ ਚਾਹੇ ਉਹ ਇੰਡੀਅਨ ਸੋਸਾਇਟੀ ਹੈ ਚਾਹੇ ਅਮਰੀਕਨ ਸੋਸਾਇਟੀ ਹੈ ਫਾਈਨ ਇਹ ਹਰੇਕ ਸਮਾਜ ਵਿੱਚ ਇੱਕੋ ਜਿਹੀਆਂ ਨਹੀਂ ਹੁੰਦੀਆਂ ਜਿਵੇਂ ਨੋਰਮਸ ਇੱਕੋ ਜਿਹੇ ਨਹੀਂ ਹੁੰਦੇ ਤਾਂ ਵੈਲਿਊਜ਼ ਵੀ ਇੱਕੋ ਜਿਹੀਆਂ ਨਹੀਂ ਹੁੰਦੀਆਂ ਸਮਾਜ ਵਿੱਚ ਅਲੱਗ-ਅਲੱਗ ਹੁੰਦੀਆਂ ਨੇ ਸੋ ਇਹ ਸੀ ਅੱਜ ਦਾ ਵੀਡੀਓ ਸੋਸ਼ਲ ਨੋਰਮਸ ਐਂਡ ਸੋਸ਼ਲ ਵੈਲਿਊਜ਼ ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਵੇਗਾ ਮਿਲਦੇ ਨਵੇਂ ਵੀਡੀਓ ਦੇ ਨਾਲ ਧੰਨਵਾਦ